ਤੁਹਾਡਾ 1 2 ਮਹੀਨੇ 2 ਮਹੀਨੇ ਚ ਕੰਮ ਹੋ ਜਾਊਗਾ ਪਰ ਇਹਨਾਂ ਨੇ ਸਾਨੂੰ ਕਰਦੇ ਕਦੇ 1.5 ਸਾਲ ਅਟਕਾਤਾ ਆ 2 ਲੱਖ ਰੁਪਇਆ ਸਾਡਾ ਕੋ ਐਗਰੀਮੈਂਟ ਕੀਤਾ ਸਾਰਾ ਲੈ ਲੂ ਲਿਆ ਪਰ 1 ਲੱਖ 30 ਹਜ਼ਾਰ ਰੁਪਇਆ ਸਾਡੇ ਐਡਵਾਂਸ ਲਿੱਤਾ ਸੀਗਾ ਜਿਹਦੇ ਚ ਅਸੀਂ ਕੰਮ ਹਜੇ ਕਰਵਾਇਆ ਨਹੀਂ ਮੈਂ ਲੋਕਾਂ ਦਾ ਦੇਖਿਆ ਕਿਸੇ ਦਾ ਪੋਜ਼ਿਟਿਵ ਨਹੀਂ ਆਇਆ ਸਾਰਿਆਂ ਦਾ ਨੈਗੇਟਿਵ ਆਇਆ ਇਸ ਕਰਕੇ ਹੁਣ ਮੈਂ ਨਹੀਂ ਕਰਵਾਉਣਾ ਚਾਹੁੰਦੀ ਮੈਂ ਕਹਿੰਦੀ ਮੈਨੂੰ ਪੈਸੇ ਮੇਰੇ ਵਾਪਸ ਦਿੱਤੇ ਜਾਣ ਪਰ ਇਹ ਕਹਿੰਦੇ ਕਿ ਤੁਹਾਡੇ ਸਾਰੇ ਪੈਸੇ ਲੱਗ ਗਏ ਆ ਤੁਹਾਨੂੰ ਮਿਲਣੇ ਨਹੀਂ ਹੈਗੇ ਇਹ ਗੱਲ ਕੀ ਸਾਨੂੰ ਕਿਸ ਪ੍ਰੋਬਲਮ ਦੀ ਵਜ੍ਹਾ ਨਾਲ ਤੁਸੀਂ ਇੱਥੇ ਆਏ ਸੀ ਅਸੀਂ ਟੈਸਟ ਦਵਾਈ ਪਹਿਲਾਂ ਸ਼ੁਰੂ ਕਰਨ ਆਏ ਸੀ ਇਹਨਾਂ ਨੇ ਸਾਨੂੰ ਸਲਾਹ ਦਿੱਤੀ ਕਿ ਤੁਹਾਡਾ IVF ਹੋ ਜਾਊਗਾ ਤੁਹਾਡਾ ਬੇਬੀ ਛੇਤੀ ਹੋ ਜਾਊਗਾ ਅਸੀਂ ਟਾਈਮ ਵੇਸਟ ਕਰਨ ਕਰਕੇ ਅਸੀਂ ਕਿਹਾ ਚਲ ਪਹਿਲਾਂ ਅਸੀਂ ਕਰਵਾ ਲੈਂਦੇ ਚਲ ਇੱਕ ਹੀ ਕਰਵਾ ਲੈਂਦੇ ਆ ਤੇ ਉਹ ਕਰਵਾਉਣ ਲੱਗੇ ਸੀ ਕਿ ਪਰ ਹੁਣ ਮੈਂ ਕਿਸੇ ਦਾ ਸੁਣਦੀ ਨਹੀਂ ਪਈ ਕਿਸੇ ਦਾ ਆਇਆ ਪੋਜ਼ਿਟਿਵ ਇਸ ਕਰਕੇ ਮੈਂ ਨਹੀਂ ਕਰਵਾਉਣਾ ਚਾਹੁੰਦਾ ਨਹੀਂ ਹੁਣ ਕੀ ਪ੍ਰੋਬਲਮ ਕੀ ਆਈ ਹੁਣ ਤੁਹਾਡੇ ਨਾਲ ਉਹਨਾਂ ਦੀ ਕੀ ਗੱਲਬਾਤ ਹੋਈ ਉਹ ਪ੍ਰੋਬਲਮ ਹੈ ਉਹ ਕਹਿੰਦੇ ਕਿ ਅਸੀਂ ਤੁਹਾਡੇ ਪੈਸੇ ਨਹੀਂ ਵਾਪਸ ਕਰਨੇ ਕਿ ਤੁਹਾਡੇ ਜਿਹੜੇ ਪੈਸੇ ਸੀ ਨਾ ਜਿਹੜੇ ਤੁਹਾਡੇ ਇੰਜੈਕਸ਼ਨ ਲਗਾਉਂਦੇ ਰਹੇ ਆ ਤੁਹਾਡੇ ਖਤਮ ਹੋ ਚੁੱਕੇ ਪੈਸੇ ਪਰ ਮੇਰੇ ਕੋਈ ਐਦਾਂ ਦੇ ਕੋਈ ਚੀਜ਼ ਨਹੀਂ ਬਾਕੀ ਸਾਰੇ ਇਹਨਾਂ ਨੇ ਮੇਰੇ ਜਿਹੜੇ ਟੈਸਟ ਕਰਾਏ ਬਾਹਰੋਂ ਲਵਾਏ ਆ ਉਹ ਪੈਸੇ ਅਸੀਂ ਦਿੰਦੇ ਰਹੇ ਆ ਫਿਰ ਜਿਹੜਾ ਸਕੈਨਾਂ ਵਗੈਰਾ ਦਵਾਈਆਂ ਅਸੀਂ ਬਾਹਰੋਂ ਦਿੱਤੀ 40-40 ਹਜ਼ਾਰ ਦੀਆਂ ਖਾਂਦੇ ਰਹੇ ਆ ਚਲ ਚਲ 4 ਮਹੀਨੇ ਹੋ ਗਏ ਟਾਈਮ ਦਿੱਤਾ ਹੀ ਤੁਹਾਨੂੰ ਉਹਨਾਂ ਨੇ ਕਿ ਇਲਾਜ ਜਿਹੜਾ ਕਹਿੰਦੇ ਸੀ ਤੁਹਾਡੇ 2-3 ਮਹੀਨੇ ਚ ਹੋ ਜਾਊਗਾ ਪਰ ਕਰਦੇ ਕਰਦੇ 1.5 ਸਾਲ ਸਾਨੂੰ ਦਵਾਈਆਂ ਤੇ ਟਿਕਾਇਆ ਹੋਇਆ ਹੈ ਕੁਝ ਨਹੀਂ ਕੀਤਾ 1.5 ਸਾਲ ਹੋ ਗਏ ਤੇ ਸਾਡੇ ਨਾਲ ਕਰੋੜੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਆਪਣੇ ਪੈਸੇ ਵਾਪਸ ਲੈਣਾ ਚਾਹੁੰਦੇ ਹਾਂ ਜਿਆਦਾ ਪੂਰਾ ਟ੍ਰੀਟਮੈਂਟ ਪੁਲਿਸ ਨੂੰ ਕੰਪਲੇਂਟ ਦਿੱਤੀ ਤੁਸੀਂ ਹਾਂਜੀ ਕੱਲ ਪੁਲਿਸ ਨੂੰ ਕੀਤੀ ਉਹਨਾਂ ਨੇ ਕੱਲ ਗੱਲ ਕੀਤੀ ਪੁਲਿਸ ਤਾਂ ਕਹਿੰਦੇ ਤੁਹਾਡੇ ਨਾਲ ਇਹਨਾਂ ਨੇ ਪੁਲਿਸ ਆਪ ਹੀ ਸੱਦੀ ਸੀ ਕੱਲ ਉਹ ਕਹਿੰਦੇ ਆ ਫਰੋਡ ਨੇ ਇਹਨਾਂ ਦਾ ਕੰਮ ਐਦਾਂ ਦਾ ਹੈ ਹਰੇਕ ਬਸ ਕਹਿੰਦੇ ਆਉਂਦੇ ਰਹਿੰਦੇ ਐਦਾਂ ਹੀ ਕਰਦੇ ਐ ਫਰੋਡ ਐ ਪੁਲਿਸ ਵੀ ਆਈ ਕਹਿੰਦੀ ਮੇਰਾ ਨਾਮ ਜੀ ਰਵਿੰਦਰਦੀਪ ਸਿੰਘ ਜੀ ਕਿੱਥੇ ਜੀ ਕੀ ਹੋਇਆ ਇਸ ਟਾਈਮ ਮੈਂ ਖੜਾ ਜੀ ਆਪਣੇ ਰਾਮਾ ਹਸਪੀਟਲ ਰਾਮਾ ਸੋਫਟ ਹਸਪੀਟਲ ਖਲੋਤਾ ਵਾਂ ਜੀ ਇਹ ਜੀ ਅਸੀਂ 1.5 ਸਾਲ ਤੋਂ ਇੱਥੋਂ ਇਲਾਜ ਕਰਾ ਰਹੇ ਹਾਂ ਜੀ ਇਹਨਾਂ ਨੇ ਸਾਡੇ ਕੋਲ 1,30,000 ਰੁਪਏ ਐਡਵਾਂਸ ਲਿਆ ਜੀ 70,000 ਰੁਪਏ ਦੇ ਲੱਗੇ ਛੱਕੇ ਇਹਨੇ ਦਵਾਈਆਂ ਰਿਪੋਰਟਾਂ ਸਾਡੇ ਕੋਲ ਕਰਵਾ ਬੈਠਾ ਜੀ ਪਰ ਇਹਨੇ ਸਾਡੇ ਤੋਂ ਇਲਾਜ ਨਹੀਂ ਪੂਰਾ ਹੋਇਆ ਇਹਦੇ ਕੋਲ ਤੇ ਅਸੀਂ ਇਹਨੂੰ ਕਿਹਾ ਜੀ ਸਾਡਾ ਇਲਾਜ ਪੂਰਾ ਕਰੇ ਪਰ ਇਹ ਇਲਾਜ ਨਹੀਂ ਕਰ ਰਿਹਾ ਸਾਡਾ ਕੀ ਹੈ ਕੀ ਪ੍ਰੋਬਲਮ ਪ੍ਰੋਬਲਮ ਇਹ ਹੈ ਕਿ ਅਸੀਂ ਮੇਰੀ ਵਾਈਫ ਦੇ ਨਾਲ ਅਸੀਂ ਆਏ ਸੀ ਇਹਨੂੰ ਥੋੜੀ ਪ੍ਰੋਬਲਮ ਸੀ ਇਸ ਕਰਕੇ ਇਹਦਾ ਇਲਾਜ ਕਰਾਉਣ ਲਈ ਅਸੀਂ ਟੈਸਟ ਟੂ ਬੇਬੀ ਦਾ ਵੀ ਕਿਹਾ ਸੀ ਅਸੀਂ ਆਏ ਤੇ IVF ਕਰਾਉਣ ਸੀ ਪਰ ਇਹਨੇ ਸਾਨੂੰ ਕਿਹਾ ਕਿ ਟੈਸਟ ਟੂ ਬੇਬੀ ਕਰਾਓ 100% ਹੋਏਗਾ ਫਿਰ ਇਹਨੇ ਸਾਨੂੰ 30% ਗਰੰਟੀ ਦਿੱਤੀ ਜਦੋਂ ਸਾਡੇ ਕੋਲ ਸਾਰੇ ਪੈਸੇ ਲੈ ਬੈਠਾ ਪਰ ਪਹਿਲਾਂ 100% ਗਰੰਟੀ ਕਹਿ ਰਿਹਾ ਸੀ ਫਿਰ 30% ਕਰਤੀ ਜੀ ਇਹਨੇ ਗਰੰਟੀ ਸਾਡੀ ਇਸ ਕਰਕੇ ਹੁਣ ਅਸੀਂ ਜੇ ਕਿਹਾ ਕਿ ਸਾਡਾ ਕਿ ਕੰਮ ਕਰ ਰਿਹਾ ਇਹ ਕਹਿੰਦਾ ਮੈਂ ਤੁਹਾਡਾ ਕੰਮ ਕਰਕੇ ਰਾਜੀ ਨਹੀਂ ਹੈਗਾ ਇਹਨਾਂ ਨੇ ਸਾਡੇ ਪ੍ਰੋਬਲਮ ਜ਼ਿਆਦਾ ਪਾ ਰਹੇ ਇਹਨੇ ਪ੍ਰੋਬਲਮ ਜ਼ਿਆਦਾ ਪਾਤੀ ਆ ਇੰਜੈਕਸ਼ਨ ਲਾ ਕੇ ਪਹਿਲਾਂ ਇਹ ਰਿਪੋਰਟ ਨੈਗੇਟਿਵ ਕਰਤੀ ਕਰੋਨਾ ਦੀ ਫਿਰ ਇਹਨੇ ਪੋਜ਼ਿਟਿਵ ਕਰਤੀ ਇੰਜੈਕਸ਼ਨ ਲਗਾ ਕੇ ਇਸ ਕਰਕੇ ਹੁਣ ਸਾਡੀ ਵਾਈਫ ਦੇ ਬਹੁਤ ਜ਼ਿਆਦਾ ਖਰਾਬੀ ਕਰਤੀ ਹਾਂ ਸਿਵਲ ਹਸਪਤਾਲ ਅਸੀਂ ਜਾ ਕੇ ਦੁਬਾਰਾ ਤੋਂ ਰਿਪੋਰਟ ਕਰਾਈ ਤੇ ਉੱਥੇ ਨੈਗੇਟਿਵ ਆਈ ਤੀਜੇ ਦਿਨ ਅਸੀਂ ਰਿਪੋਰਟ ਉਹ ਸਾਨੂੰ ਨੈਗੇਟਿਵ ਦੀ ਮਿਲੀ ਜੀ ਉਸੇ ਵੇਲੇ ਕਰਾਈ ਉਸੇ ਟਾਈਮ ਕਰਾਈ ਸੀ ਇੱਥੋਂ ਜਾ ਕੇ ਨੈਗੇਟਿਵ ਕਰਾਈ ਹੁਣ ਕੀ ਮੰਗ ਕੀ ਕਰਦੇ ਹੁਣ ਅਸੀਂ ਇਹ ਮੰਗ ਕਰਦੇ ਕਿ ਸਾਡੇ ਪੈਸੇ ਪੂਰੇ ਵਾਪਸ ਕੀਤੇ ਜਾਣ ਕੀ ਕਿਹਾ ਜਾ ਰਿਹਾ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਧਮਕੀਆਂ ਦੇ ਰਹੇ ਆ ਕਿ ਅਸੀਂ ਪੈਸੇ ਵਾਪਸ ਨਹੀਂ ਕਰਨੇ ਰਾਤੀ ਇਹ ਪੁਲਿਸ ਵਾਲੇ ਵੀ ਸੱਦੇ ਸੀ ਇਹਨੇ ਤੇ ਸਾਨੂੰ ਭਜਾਉਣ ਵਾਸਤੇ ਪਰ ਅਸੀਂ ਥਾਣੇ ਗਏ ਆ ਸਾਡੇ ਨਾਲ ਕੋਈ ਗੱਲ ਨਹੀਂ ਆ ਪਹੁੰਚਿਆ ਨਹੀਂ ਪ੍ਰਸ਼ਾਸਨ ਸਾਡੇ ਨਾਲ ਹੈ ਹਾਂਜੀ ਪ੍ਰਸ਼ਾਸਨ ਸਾਡੇ ਨਾਲ ਸਰ ਕਿਆ ਨਾਮ ਹੈ ਜੀ ਆਪਕਾ ਜੀ ਹਾਂਜੀ ਸਰ ਬਤਾਓ ਜੀ ਜੀ ਮੇਰਾ ਨਾਮ ਡਾਕਟਰ ਅਮਿਤ ਸੋਫਟ ਹੈ ਮੈਂ ਰਮਾ ਸੋਫਟ ਹਸਪੀਟਲ ਦੇ ਵਿੱਚ ਇੱਕ IVF ਸਪੈਸ਼ਲਿਸਟ ਦੇ ਤੌਰ ਤੇ ਕੰਮ ਕਰ ਰਿਹਾ ਆਪਣੇ ਹਸਪੀਟਲ ਦੇ ਵਿੱਚ ਮਿਸਿਸ ਦਵਿੰਦਰ ਕੌਰ ਤੇ ਰਵਿੰਦਰਜੀਤ ਸਿੰਘ ਇਲਾਜ ਵਾਸਤੇ ਆਏ ਸੀ IVF ਇਲਾਜ ਵਾਸਤੇ ਇਹਨਾਂ ਦੇ 3-4 ਸਾਲ ਹੋ ਗਏ ਪ੍ਰੈਗਨੈਂਸੀ ਨਹੀਂ ਹੋ ਪਾ ਰਹੀ ਔਰ ਵਾਈਫ ਦੇ ਥੋੜੇ ਪੀਰੀਅਡਸ ਦੀ ਪ੍ਰੋਬਲਮ ਹੈ ਕੁਝ ਮੈਡੀਕਲ ਹੋਰ ਵੀ ਕੰਪਲਿਕੇਸ਼ਨ ਸੀਗੀਆਂ ਜਿਸ ਦੇ ਵਾਸਤੇ ਇਹਨਾਂ ਨੂੰ IVF ਟ੍ਰੀਟਮੈਂਟ ਵਾਸਤੇ ਸਲਾਹ ਦਿੱਤੀ ਗਈ ਸੀਗੀ ਜਦ IVF ਇਲਾਜ ਸ਼ੁਰੂ ਕੀਤਾ ਸੀਗਾ ਇਹਨਾਂ ਨੂੰ ਬਕਾਇਦਾ ਦੱਸਿਆ ਗਿਆ ਸੀਗਾ ਕਿ ਟ੍ਰੀਟਮੈਂਟ ਅੱਜ ਕੱਲ੍ਹ ਕਰੋਨਾ ਦਾ ਟਾਈਮ ਹੈ ਤੁਸੀਂ ਅਜੇ ਵੇਟ ਕਰਕੇ ਕਰਾ ਲਓ ਪਰ ਪੇਸ਼ੈਂਟ ਜਲਦੀ ਸੀਗੇ ਇਹ ਕਹਿੰਦੇ ਸੀਗੇ ਕਿ ਥੋੜ੍ਹਾ ਜਲਦੀ ਕਰ ਦਿੱਤਾ ਜਾਵੇ ਇਲਾਜ ਤਾਂ ਇਹਨਾਂ ਨੂੰ ਬਕਾਇਦਾ ਦੱਸਿਆ ਗਿਆ ਸੀਗਾ ਕਿ ਜੇਕਰ ਪੇਸ਼ੈਂਟ ਨੂੰ ਕਰੋਨਾ ਹੋ ਜਾਏਗਾ ਵਿੱਚ ਨੂੰ ਇਲਾਜ ਦੇ ਵਿੱਚ ਤਾਂ ਇਲਾਜ ਬੰਦ ਕਰਨਾ ਪਏਗਾ ਔਰ ਉਸਦੇ ਵਿੱਚ ਪੇਸ਼ੈਂਟਸ ਦਾ ਟ੍ਰੀਟਮੈਂਟ ਦੀ ਕੋਸਟਿੰਗ ਬੇਸਡ ਹੁੰਦੀ ਹੈ ਬਿਕੋਜ਼ ਇੰਜੈਕਸ਼ਨਸ IVF ਦੇ ਵਿੱਚ ਕਾਫੀ ਜ਼ਿਆਦਾ ਕੋਸਟਲੀ ਹੁੰਦੇ ਨੇ ਪੇਸ਼ੈਂਟ ਨੂੰ ਇਸ ਬਾਰੇ ਵਿਸਤਾਰਪੂਰਵਕ ਦੱਸਿਆ ਗਿਆ ਸੀਗਾ ਹੈਂਡ ਰਿਟਨ ਕੰਸੈਂਟ ਲਿੱਤੀ ਗਈ ਹਸਬੈਂਡ ਵਾਈਫ ਦੇ ਸਾਈਨ ਹੋਏ ਹੋਏ ਹੈ ਕਿ ਜੇ ਟ੍ਰੀਟਮੈਂਟ ਚਾਲੂ ਹੋਏਗਾ ਔਰ ਅਗਰ ਇਨ ਕੇਸ ਟ੍ਰੀਟਮੈਂਟ ਵਿੱਚ ਬੰਦ ਹੁੰਦਾ ਹੈ ਕਿਸੇ ਵੀ ਕਾਰਨ ਸਪੈਸ਼ਲੀ ਕਰੋਨਾ ਇਨਫੈਕਸ਼ਨ ਕਰਕੇ ਤਾਂ ਤੁਹਾਡੇ ਟੀਕਿਆਂ ਦੀ ਕੋਸਟਿੰਗ ਵੇਸਟ ਹੋ ਸਕਦੀ ਹੈ ਤਾਂ ਦੋਨੋਂ ਹਸਬੈਂਡ ਵਾਈਫ ਨੇ ਇਹੀ ਰਜ਼ਾਮੰਦੀ ਦਿੱਤੀ ਸੀਗੀ ਕਿ ਅਸੀਂ ਟ੍ਰੀਟਮੈਂਟ ਲੈਣਾ ਚਾਹੁੰਦੇ ਹਾਂ ਔਰ ਆਪਣਾ ਟ੍ਰੀਟਮੈਂਟ ਕੰਟੀਨਿਊ ਕਰਾਂਗੇ ਈਵਨ ਇਫ ਇੰਜੈਕਸ਼ਨਸ ਦੀ ਕੋਸਟਿੰਗ ਵੇਸਟ ਹੁੰਦੀ ਹੈ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਤਾਂ ਸਰ ਕਹਿੰਦੇ ਹੁਣ ਵੀ ਅਸੀਂ ਇਲਾਜ ਕਰਾਉਣ ਨੂੰ ਤਿਆਰ ਹਾਂ ਪਰ ਪੈਸੇ ਮੰਗ ਰਹੇ ਹਾਂ ਇੱਦਾਂ ਸਰ ਐਸੀ ਕੋਈ ਗੱਲ ਨਹੀਂ ਹੋਈ ਮੈਨੂੰ ਤਾਂ ਕੋਈ ਪੈਸਿਆਂ ਬਾਰੇ ਗੱਲ ਨਹੀਂ ਹੋਈ ਤੁਸੀਂ ਟੈਸਟਿੰਗ ਤੁਸੀਂ ਗੱਲ ਕਰ ਰਹੇ ਹੋ ਕਹਿੰਦੇ ਜਦੋਂ ਤੁਹਾਡਾ ਟੈਸਟ ਨੈਗੇਟਿਵ ਹੋਇਆ ਸੀਗਾ ਤੁਸੀਂ ਕਰਾਇਆ ਉਹਨੇ ਕਹਿੰਦੇ ਟੈਸਟ ਦੀ ਰਿਪੋਰਟ ਅਸੀਂ ਸਿਵਲ ਤੋਂ ਕਰਾਈ ਹੈ ਤੇ ਉੱਥੇ ਨੈਗੇਟਿਵ ਸਰ ਉਹ ਰਿਪੋਰਟ ਉਹਨਾਂ ਕੋਲ ਹੈ ਨਹੀਂ ਸਿਰਫ ਮੂੰਹ ਜਵਾਨੀ ਰਿਪੋਰਟ
ਜੇ ਹੁਣ ਕਿਸੇ ਦੀ ਪੋਜ਼ਿਟਿਵ ਆ ਰਹੀ ਰਿਪੋਰਟ ਤਾਂ ਉਹਨੂੰ ਨਿਕਾਰਿਆ ਤਾਂ ਨਹੀਂ ਜਾ ਸਕਦਾ, ਔਰ ਗਵਰਨਮੈਂਟ ਦੀ ਆਥੋਰਾਈਜ਼ਡ ਲੈਬ ਹੈ, ਕੋਈ ਮੇਰੇ ਘਰ ਦਾ ਟੈਸਟ ਹੋਇਆ ਨਹੀਂ ਕਿ ਮੈਂ ਆਪਣੇ ਹਸਪੀਟਲ 'ਚ ਟੈਸਟ ਕੀਤਾ। ਉਹ ਕਹਿੰਦੇ ਜੀ ਸਾਡੇ ਨੇਅਰ ਅਬਾਊਟ 2 ਲੱਖ ਦੇ ਕਰੀਬ ਪੈਸੇ ਅਮਾਊਂਟ ਲੈ ਲਈ। ਨਾਟ ਐਟ ਆਲ, ਨਾਟ ਐਟ ਆਲ, ਉਹਨਾਂ ਕੋਲ ਕੋਈ ਰਿਸੀਟ ਨਹੀਂ ਹੈ। ਤੁਸੀਂ ਉਹਨਾਂ ਨਾਲ ਗੱਲ ਕਰੋ, ਜੋ ਸਿਰਫ 30,000 ਮੇਰੀ ਫੀਸ ਹੈ ਬ੍ਰਦਰ, ਔਰ ਜੋ ਇੰਜੈਕਸ਼ਨ ਦੀ ਕੋਸਟਿੰਗ ਉਹ ਪੇਸ਼ੈਂਟ ਨੇ ਕੋਸਟ ਖਰੀਦੀ ਹੈ, ਐਸੀ ਕੋਈ ਗੱਲ ਨਹੀਂ ਹੈ। ਹੁਣ ਪਰ ਉਹ ਕਹਿ ਰਹੇ ਨੇ ਕਿ ਸਾਡੇ ਪੈਸੇ ਵਾਪਸ ਕੀਤੇ ਜਾਣ ਸਕਦੇ। ਇੰਜੈਕਸ਼ਨ ਦੀ ਜਿਹੜੀ ਕੋਸਟਿੰਗ ਹੈ ਬ੍ਰਦਰ, ਉਹ ਕਿੱਦਾਂ ਵਾਪਸ ਹੋਏਗੀ? 10 ਦਿਨ ਟੀਕੇ ਲੱਗਦੇ ਨੇ, 10 ਦਿਨ ਇੰਜੈਕਸ਼ਨ ਲੱਗ ਗਏ ਪੇਸ਼ੈਂਟ ਨੂੰ IVF ਦੇ, 10ਵੇਂ ਦਿਨ ਪੇਸ਼ੈਂਟ ਦਾ ਟੈਸਟ ਪੋਜ਼ਿਟਿਵ ਆ ਗਿਆ। ਪਹਿਲਾਂ ਟੈਸਟ ਇਹਨਾਂ ਦਾ ਨੈਗੇਟਿਵ ਆਇਆ ਸੀ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ, 10ਵੇਂ 11ਵੇਂ ਦਿਨ ਜਦ ਐਗਸ ਕੱਢਣੇ ਹੁੰਦੇ ਨੇ IVF ਤੋਂ ਪਹਿਲਾਂ, ਤਾਂ ਟੈਸਟ ਪੋਜ਼ਿਟਿਵ ਆ ਗਿਆ। ਉਹ ਫਿਰ ਉਹਦੇ 'ਚ ਤਾਂ ਦੇਖੋ ਪੇਸ਼ੈਂਟ ਨੂੰ ਦੱਸ ਕੇ ਜ਼ਿੰਮੇਵਾਰੀ ਲੈ ਕੇ ਸਾਈਨ ਕਰਾ ਕੇ ਫਿਰ ਹੀ ਟ੍ਰੀਟਮੈਂਟ ਸ਼ੁਰੂ ਕੀਤਾ ਸੀ। ਪ੍ਰੋਸੀਜਰ ਸ਼ੁਰੂ ਹੀ ਤਦ ਕੀਤਾ ਗਿਆ ਸੀਗਾ ਕਿ ਅਗਰ ਪੇਸ਼ੈਂਟ ਦੀ ਸਹਿਮਤੀ ਹੋਏਗੀ। ਭਾਜੀ, ਇਹ ਜੋ ਡਾਕਟਰ ਰਮਾ ਸੋਫਤ ਹੈ, ਇੱਥੇ ਦਵਿੰਦਰ ਕੌਰ ਦਾ ਇਲਾਜ ਚੱਲ ਰਿਹਾ ਸੀ, ਉਹਦੇ ਬਾਰੇ ਜਿਹੜੇ ਪੇਸ਼ੈਂਟ ਨੇ ਉਹਨਾਂ ਦੀ ਕੋਈ ਪ੍ਰੋਬਲਮ ਨੇ, ਕੋਈ ਕੰਪਲੇਂਟਸ ਨੇ, ਉਹਨਾਂ ਨੂੰ ਦੱਸਿਆ ਗਿਆ ਕਿ ਆਪਣੀ ਕੰਪਲੇਂਟ ਦੇਣ, ਉਸ ਤੋਂ ਬਾਅਦ ਜੋ ਹੈ ਕਾਰਵਾਈ ਜਿਸ ਤਰ੍ਹਾਂ ਦੀ ਜਾਂਚ ਕਰਕੇ ਉਸ ਤਰ੍ਹਾਂ ਦਾ ਐਕਸ਼ਨ ਲਿਆ ਜਾਊਗਾ। ਅਜੇ ਤੱਕ ਸਾਡੇ ਕੋਲ ਕੰਪਲੇਂਟ ਨਹੀਂ ਹੈ, ਕੰਪਲੇਂਟ ਲੈ ਲਈਏ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਵੀ ਕੀ ਹੈ। ਹੋਸਪਿਟਲ ਵੱਲੋਂ ਹਜੇ ਕੰਪਲੇਂਟ ਆਊਗੀ, ਫਿਰ ਹੀ ਅੱਗੇ ਪੁੱਛਾਂਗੇ, ਜਾਂਚ ਉਸ ਤਰੀਕੇ ਨਾਲ ਜਾਊਗੀ, ਅੱਗੇ ਕਰਾਂਗੇ ਪ੍ਰੋਸੀਡ। ਪਤਾ ਕਰ ਰਹੇ ਸਾਰਾ ਕੁਛ ਜੀ, ਹੁਣੇ ਪਹੁੰਚੇ ਹੀ ਆ, ਕਰਦੇ ਹਾਂ ਸਾਰੀ ਗੱਲ।